ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿਵੇਂ ਛੋਟੀ ਜੀ ਪਰੀ ਨੇ ਦੱਸ ਹੀ ਦਿੱਤਾ, ਅੱਜ ਆਪਾਂ ਬਣਾਵਾਂਗੇ ਚਨਾ ਦਾਲ ਟੇਸਟੀ, ਜਿਹੜੀ ਖਾਣ ਦੇ ਵਿੱਚ ਟੇਸਟੀ ਹੁੰਦੀ ਹੈ, ਬਣਨ ਦੇ ਵਿੱਚ ਆਸਾਨ ਹੁੰਦੀ ਹੈ, ਤਾਂ ਜਿਹੜੀ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ, ਹੈਨਾ ਪੁੱਤ? ਤੇ ਆਪਾਂ ਬਣਾਵਾਂਗੇ ਚਨਾ ਦਾਲ ਟੇਸਟੀ। ਇਹਦੇ ਵਾਸਤੇ ਜੋ ਜੋ ਸਮਾਨ ਚਾਹੀਦਾ ਉਹ ਆਪਾਂ ਲਿਆ। ਜਿਹਦੇ ਵਾਸਤੇ ਆਪਾਂ ਇੱਕ ਕਟੋਰੀ ਚਨਾ ਦਾਲ ਲਈ ਹੈ, ਔਰ ਉੱਪਰ ਜਿਹੜੇ ਛੋਟੇ ਚਮਚ ਦੇ ਦਾ ਚੌਥਾ ਹਿੱਸਾ ਲਿਆ ਆਪਾਂ ਬੇਕਿੰਗ ਸੋਡੇ ਦਾ, ਮਿੱਠੇ ਸੋਡੇ ਦਾ ਖਾਣ ਵਾਲੇ ਦਾ। ਇਹ ਆਪਾਂ ਹੁਣ ਤੋਂ 3 ਘੰਟੇ ਪਹਿਲਾਂ ਦਾਲ ਨੂੰ ਚੁਗ ਕੇ 2-3 ਪਾਣੀ ਧੋ ਕੇ ਉਹਨੂੰ ਮੈਂ ਮਿੱਠਾ ਸੋਡਾ ਲਾ ਕੇ ਤੇ ਰੱਖ ਦਿੱਤਾ ਸੀਗਾ ਫੁੱਲਣ ਵਾਸਤੇ। ਹੁਣ 3 ਘੰਟੇ ਹੋ ਚੁੱਕੇ ਇਹਨੂੰ ਡਿਪ ਹੋਈ ਨੂੰ, ਤਾਂ ਵਿੱਚ ਪੈਣ ਵਾਲੇ ਮਿਰਚ ਮਸਾਲੇ ਹੈਗੇ ਜਿਹੜੇ ਨਮਕ, ਸਾਦਾ ਨਮਕ ਜਿਹੜਾ ਖਾਣ ਵਾਲਾ, ਔਰ ਗਰਮ ਮਸਾਲਾ ਤੇ ਥੋੜੀ ਜਿਹੀ ਹਲਦੀ, ਕਾਲਾ ਨਮਕ, ਚਾਟ ਮਸਾਲਾ ਤੇ ਕਸ਼ਮੀਰੀ ਲਾਲ ਮਿਰਚ ਹੈ। ਕਸ਼ਮੀਰੀ ਲਾਲ ਮਿਰਚ ਆਪਾਂ ਤਾਂ ਪਾ ਰਹੇ ਹਾਂ ਵੀ ਕਿਉਂਕਿ ਇਹ ਕੌੜੀ ਘੱਟ ਹੁੰਦੀ ਹੈ ਤੇ ਰੰਗਤ ਜ਼ਿਆਦਾ ਦਿੰਦੀ ਹੈ। ਅਗਰ ਤੁਹਾਡੇ ਕੋਲ ਹੈਗੀ ਹੈ ਤਾਂ ਪਾ ਲਓ, ਨਹੀਂ ਹੈਗੀ ਤਾਂ ਆਪਾਂ ਰੂਟੀਨ ਵਾਈਜ਼ ਜਿਹੜੀ ਮਿਰਚ ਵਰਤਦੇ ਹਾਂ ਉਹ ਵੀ ਪਾ ਸਕਦੇ ਹਾਂ। ਤੇ ਫਰਾਈ ਕਰਾਂਗੇ ਆਪਾਂ ਮਸਟਰਡ ਓਇਲ ਦੇ ਵਿੱਚ, ਸਰੋਂ ਦੇ ਤੇਲ ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਕੱਢ ਦਾਂਗੇ ਪਾਣੀ ਨੂੰ, ਤੇ ਦਾਲ ਨੂੰ ਆਪਾਂ ਥੋੜਾ ਖੁਸ਼ਕ ਕਰ ਲਾਂਗੇ ਵਧੀਆ। ਪਾਣੀ ਨੂੰ ਆਪਾਂ, ਦਾਲ ਨੂੰ ਆਪਾਂ ਚੰਗੀ ਤਰ੍ਹਾਂ ਨਚੋੜ ਲਿਆ, ਪਾਣੀ ਨਚੋੜ ਕੇ ਹੁਣ ਇਹਨੂੰ ਪਤਲੀ ਪਤਲੀ ਖਿਲਾਰ ਕੇ, ਇੱਕ ਵਾਰੀ ਤਾਂ ਆਪਾਂ ਉੱਪਰੋਂ ਪੋਣੇ ਨਾਲ ਹੀ ਥੋੜਾ ਜਿਹਾ ਮੋਟਾ ਮੋਟਾ ਪਾਣੀ ਹੈ ਜਿਹੜਾ ਉਹ ਸੋਖ ਲਾਂਗੇ। ਫਿਰ ਇਹਨੂੰ ਆਪਾਂ 15 ਮਿੰਟ ਵਾਸਤੇ ਪੱਖੇ ਦੇ ਨੀਚੇ ਸੁੱਕਣ ਲਈ ਖਿਲਾਰ ਦਾਂਗੇ, ਜਿਹੜਾ ਕਿ ਪਾਣੀ ਹੈ ਜਿਹੜਾ ਚੰਗੀ ਤਰ੍ਹਾਂ ਸੁੱਕ ਜੇ ਇਹਨੂੰ ਆਪਾਂ ਪੱਖੇ ਦੇ ਨੀਚੇ ਹੀ। ਇੱਕ ਹੋਰ ਵੀ ਗੱਲ ਹੈਗੀ ਹੈ ਵੀ ਪੱਖੇ ਦੇ ਨੀਚੇ ਹੀ ਇਹਨੂੰ ਆਪਾਂ ਸੁਕਾਵਾਂਗੇ, ਇਹਨੂੰ ਧੁੱਪ ਦੇ ਵਿੱਚ ਨਹੀਂ ਸੁਕਾਵਾਂਗੇ, ਨਹੀਂ ਤਾਂ ਆਪਣੀ ਦਾਲ ਹੈ ਜਿਹੜੀ ਇਹ ਸਖਤ ਬਣੂਗੀ। ਹੁਣ ਕੋਲੋਂ ਆਪਾਂ ਜਿਹੜਾ ਤੇਲ ਗਰਮ ਕਰਨਾ ਰੱਖ ਦਿੰਨੇ ਆ। ਇਹ ਤੇਲ ਫਰਾਈ ਹੋਣ ਵਾਸਤੇ ਤਾਂ ਬਹੁਤ ਥੋੜਾ ਹੀ ਲੱਗੂਗਾ, ਪਰ ਇੱਕ ਵਾਰੀ ਆਪਾਂ ਨੂੰ ਥੋੜਾ ਕੜਾਈ ਦੇ ਵਿੱਚ ਥੋੜਾ ਖੁੱਲਾ ਤੇਲ ਹੀ ਆਪਾਂ ਪਾਵਾਂਗੇ। ਹੁਣ ਆਪਣੀ ਦਾਲ ਹੈ ਜਿਹੜੀ ਇਹਨੂੰ ਸੁੱਕਦੀ ਨੂੰ 15 ਮਿੰਟ ਹੋ ਗਏ ਆ, ਵੇਖੋ ਬਿਲਕੁਲ ਐਨ ਸੁੱਕ ਗਈ ਹੈ ਇਹ ਦਾਲ, ਆਪਣੇ ਹੱਥ ਨਾਲ ਬਿਲਕੁਲ ਨਹੀਂ ਪਾਣੀ ਆ ਰਿਹਾ ਗਾ। ਹੁਣ ਆਪਾਂ ਟਿਸ਼ੂ ਪੇਪਰ ਲੈ ਲਿਆ, ਉਹਨੂੰ ਆਪਾਂ ਡਬਲ ਕਰਕੇ ਤਾਂ ਇੱਕ ਟ੍ਰੇ ਦੇ ਵਿੱਚ ਲਾ ਲਿਆ, ਮਤਲਬ ਕਿਸੇ ਪਲੇਟ ਦੇ ਵਿੱਚ ਕਾਸੇ ਦੇ ਵਿੱਚ ਵੀ ਲਾ ਲਿਆ, ਇਹਨੂੰ ਰੱਖ ਦਾਂਗੇ। ਵੈਸੇ ਤਾਂ ਆਪਾਂ ਕੋਈ ਵੀ ਚੀਜ਼ ਬਣਾਈਏ ਫਰਾਈ ਕਰਕੇ ਤਾਂ ਆਪਾਂ ਇਸ ਤਰ੍ਹਾਂ ਦੀ ਚਾਰਨੀ ਲੈਂਦੇ ਹਾਂ, ਪਰ ਇਹ ਦਾਲ ਫਰਾਈ ਵਾਸਤੇ ਆਪਾਂ ਨੂੰ ਇਸ ਤਰ੍ਹਾਂ ਦੀ ਚਾਰਨੀ ਨਹੀਂ ਚਾਹੀਦੀ ਗੀ, ਉਹ ਆਪਾਂ ਇਸ ਤਰ੍ਹਾਂ ਦੇ ਸਟੇਨਰ ਦੇ ਵਿੱਚ ਹੀ ਆਪਾਂ ਫਰਾਈ ਕਰਾਂਗੇ। ਤੇਲ ਆਪਣਾ ਜਿਹੜਾ ਹੈਗਾ ਪੂਰਾ ਗਰਮ ਹੋ ਚੁੱਕਿਆ, ਮੈਂ ਪਹਿਲਾਂ ਇੱਕ ਦਾਣਾ ਪਾ ਕੇ ਵੇਖ ਲਿਆ ਸੀ, ਪਰਫੈਕਟ ਗਰਮ ਹੈ ਆਪਣਾ ਤੇਲ। ਥੋੜੀ ਥੋੜੀ ਇਸ ਤਰ੍ਹਾਂ ਸਟੇਨਰ ਚ ਪਾ ਕੇ ਸਟੇਨਰ ਚ ਪਾ ਕੇ ਇਹਨੂੰ ਡਾਇਰੈਕਟ ਇਸ ਤਰ੍ਹਾਂ ਹੀ ਰੱਖਾਂਗੇ ਵਿੱਚ ਪਾਈ ਦਵਾਈ। ਇੱਕ ਵਾਰੀ ਜਦੋਂ ਆਪਾਂ ਦਾਲ ਵਿੱਚ ਪਾਉਂਦੇ ਹਾਂ ਤਾਂ ਬਹੁਤ ਜ਼ਿਆਦਾ ਉਛਲਦਾ ਤੇਲ ਵੀ, ਔਰ ਬਬਲ ਵੀ ਕਾਫੀ ਆਉਂਦੇ ਆ, ਫਿਰ ਜਦੋਂ ਦਾਲ ਬਣਨ ਸਿਰੇ ਹੋ ਜਾਂਦੀ ਹੈ ਤਾਂ ਫਿਰ ਇਹੀ ਬਬਲ ਬੈਠ ਜਾਂਦੇ ਆ। ਇਹਨਾਂ ਨੂੰ ਕਾਫੀ ਬੈਠ ਚੁੱਕੇ ਆ ਬਬਲ, ਹੁਣ
दाल है जिहड़ी अपनी थोड़ी जी इस तरह की आवाज दे विच आ गई है। दाना कट के अपा थोड़ा जा ठंडा हो लेंदे आ गे। जो थोड़ा जा ठंडा हो गया है फिर इन्हें अपा भन के वेख लांगे। बिलकुल हजे थोड़ी जी अपनी कसर हैगी है। फिर तो उस तरह ही एक दाना फिर कढ के वेखांगे। हांजी हुण पूरी तरह अपनी दाल है जिहड़ी फ्राई हो चुकी है। इस तरह चंगी तरह तेल कढ के विचों झाड़ के इहनूं टिशू लगी हुई ट्रे दे विच आपां रख दांगे। इसी तरह ही फिर तो आपां दूसरा पूर पा के फिर उन्हें फ्राई कर लवांगे। इस तरह ही फ्राई करके आपां आई वार उसी तरह चेक करके भी बन चुकी अपनी दाल। कड़क देने अपनी टुट रहा दाना तो फिर आपां कट लांगे सारी। इसी तरह सारी फ्राई करके एक बार आपां ट्रे दे विच इकट्ठी कर लांगे। लास्ट पूर भी आपां जिहड़ा कढ लिया अपना फ्राई हुक करके गैस दी फ्लेम करांगे ऑफ। हुण इहदे विच आपां मसाले विच ऐड करांगे। हुण जिहड़ी अपने कोल फ्राई हुई दाल है सारी इक आपां डौंगे दे विच पा लांगे। ਡੋਂਗੇ ਦੇ ਵਿੱਚ ਹੁਣ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਥੋੜਾ ਜਿਹਾ ਪਾਵਾਂਗੇ ਨਮਕ, ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਪਿੰਚ ਆਫ ਹੀ ਸਿਰਫ ਹੈ ਤਾਂ ਇਹ ਕੱਚੀ ਪਰ ਇਹਨੇ ਨਾਲ ਥੋੜਾ ਜਿਹਾ ਰੰਗਤ ਆ ਜੂ। ਸਿਰਫ ਇੱਕ ਪਿੰਚ ਆਫ ਹੀ ਪਾਵਾਂਗੇ ਆਪਾਂ ਹਲਦੀ ਪਾਊਡਰ। ਥੋੜਾ ਜਿਹਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਅੱਧੇ ਚਮਚ ਤੋਂ ਜ਼ਿਆਦਾ ਪਾਵਾਂਗੇ ਆਪਾਂ ਚਾਟ ਮਸਾਲਾ। ਅੱਧਾ ਚਮਚ ਪਾਵਾਂਗੇ ਆਪਾਂ ਕਾਲਾ ਨਮਕ। ਇਹਨਾਂ ਨੂੰ ਸਾਰੇ ਨੂੰ ਪਾ ਕੇ ਆਪਾਂ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਲਓ ਜੀ ਚਨਾ ਦਾਲ ਬਣ ਕੇ ਨਮਕੀਨ ਬਣ ਕੇ ਆਪਣੇ ਕੋਲ ਰੈਡੀ ਹੈ। ਹੁਣ ਇਹਨੂੰ ਮੈਂ ਮਤਲਬ ਬਣਾਈ ਤਾਂ ਇਹ ਹੈਗੀ ਹੈ ਵੀ ਇੰਨੀ
ਇਹਦੇ ਵਿੱਚ ਆਪਾਂ ਹੋਰ ਕੋਈ ਚੀਜ਼ ਨਹੀਂ ਮਿਕਸ ਕਰਾਂਗੇ, ਸਿਰਫ ਸੁੱਕੇ ਮਸਾਲੇ। ਪਰ ਜਦੋਂ ਆਪਾਂ ਖਾਣੀ ਹੈ ਤਾਂ ਖਾਣ ਵਾਸਤੇ ਆਪਾਂ ਥੋੜਾ ਜਿਹਾ ਵਿੱਚ ਪਿਆਜ਼ ਕੱਟ ਲਿਆ, ਥੋੜਾ ਜਿਹਾ ਵਿੱਚ ਟਮਾਟਰ ਕੱਟ ਲਿਆ, ਥੋੜੀ ਜਿਹੀ ਹਰੀ ਮਿਰਚ ਕੱਟ ਲਈ, ਔਰ ਉੱਪਰ ਨਿੰਬੂ ਛਿੜਕ ਲਿਆ, ਲੈਮਨ। ਤਾਂ ਉਹ ਟੇਸਟ ਜਿਹੜਾ ਆਉਂਦਾ ਹੈ ਉਹ ਦਾਲ ਦਾ ਹੋਰ ਵੀ ਜ਼ਿਆਦਾ ਨਿਖਰ ਕੇ ਆਉਂਦਾ, ਬਹੁਤ ਟੇਸਟੀ ਲੱਗਦੀ ਹੈ। ਹੁਣ ਆਪਾਂ ਉਸ ਤਰ੍ਹਾਂ ਬਣਾਉਂਦੇ ਹਾਂ। ਜਿਵੇਂ ਥੋੜੀ ਦਾਲ ਪਾ ਲਈ ਆਪਾਂ, ਵੈਸੇ ਤਾਂ ਇਸ ਤਰ੍ਹਾਂ ਦੀ ਜਦੋਂ ਬਣ ਜਾਂਦੀ ਹੈ ਇਹਨੂੰ ਆਪਾਂ ਠੰਡੀ ਹੋਣ ਤੋਂ ਬਾਅਦ ਏਅਰ ਟਾਈਟ ਜਾਰ ਦੇ ਵਿੱਚ ਪਾ ਕੇ ਰੱਖ ਲਈਏ ਤਾਂ ਇਹ 3 ਮਹੀਨਿਆਂ ਤੱਕ ਵਧੀਆ ਖਾ ਸਕਦੇ ਹਾਂ ਆਪਾਂ। ਜਦੋਂ ਮਰਜ਼ੀ ਵੀ ਕੱਢੋ, ਵਿੱਚ ਥੋੜਾ ਜਿਹਾ ਪਿਆਜ਼ ਪਾਓ, ਥੋੜਾ ਜਿਹਾ ਪਾਓ ਟਮਾਟਰ, ਥੋੜੀ ਜਿਹੀ ਪਾਓ ਹਰੀ ਮਿਰਚ। ਅਗਰ ਬੱਚਿਆਂ ਵਾਸਤੇ ਹੈ ਤਾਂ ਉਹਦੇ ਵਿੱਚ ਹਰੀ ਮਿਰਚ ਨਾ ਪਾਓ, ਤੇ ਉੱਪਰੋਂ ਲੈਮਨ ਦਾ ਜੂਸ ਛਿੜਕ ਕੇ ਉਹਨੂੰ ਬਿਲਕੁਲ ਮਿਕਸ ਕਰ ਲਓ ਤਾਂ ਬਹੁਤ ਵਧੀਆ ਚਨਾ ਦਾਲ ਬਣਦੀ ਹੈ, ਜਿਹੜੀ ਖਾਣ ਦੇ ਵਿੱਚ ਟੇਸਟੀ ਹੈ, ਆਪਦੇ ਹੱਥ ਦੀ ਬਣੀ ਹੋਈ ਹੈ, ਸਾਫ਼ ਸੁਥਰੀ ਹੈ। ਇਸ ਤਰ੍ਹਾਂ ਦੀ ਬਣਾ ਕੇ ਤੁਸੀਂ ਆਪ ਵੀ ਖਾਓ, ਆਪਦੀ ਫੈਮਿਲੀ ਨੂੰ ਖਿਲਾਓ। ਫਿਰ ਮੈਨੂੰ ਦੱਸਣਾ ਵੀ ਅਗਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਉਂਦੀ ਹੈ ਤਾਂ ਇਹਨੂੰ ਸ਼ੇਅਰ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ, ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ। ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।